ਚੌੜ ਲਕਸ਼ਮੀ ਜਿਊਲਰਸ ਦੀ ਪਿਛਲੀ ਕੰਧ ਪਾੜ ਕੇ ਕਰੀਬ 12 ਲੱਖ ਰੁਪਏ ਗਹਿਣੇ ਲੁੱਟ ਕੇ ਫਰਾਰ। ਤਹਿਸੀਲ ਨਕੋਦਰ ਅਧੀਨ ਪੈਂਦੇ ਪਿੰਡ ਉੱਕੀ ਵਿਖੇ ਬੀਤੀ ਰਾਤ ਚੋਰਾਂ ਵੱਲੋਂ ਲਕਸ਼ਮੀ ਜਿਊਲਰਸ ਦੀ ਪਿਛਲੀ ਕੰਧ ਪਾੜ ਕੇ ਚੋਰ ਅੰਦਰ ਦਾਖਿਲ ਹੋਏ ਅਤੇ ਅੰਦਰ ਜਾ ਕੇ ਲੋਹੇ ਦੇ ਗੇਟ ਨੂੰ ਕਟਰ ਦੇ ਨਾਲ ਕੱਟ ਕੇ ਸ਼ੋਰੂਮ ਵਿੱਚੋਂ ਚੋਰ ਕਰੀਬ 12 ਲੱਖ ਰੁਪਏ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ। ਲਕਸ਼ਮੀ ਜਿਊਲਰਸ ਦੇ ਮਾਲਿਕ ਕਮਲ ਵਰਮਾ ਨੇ ਦੱਸਿਆ ਕਿ ਉਹਨਾਂ ਨੂੰ ਇਸ ਘਟਨਾ ਦਾ ਸਵੇਰੇ ਪਤਾ ਲੱਗਾ। ਉਹਨਾਂ ਦੱਸਿਆ ਕਿ ਚੋਰਾਂ ਨੇ ਸ਼ੋਰੂਮ ਅੰਦਰੋਂ ਲੋਕਰ ਨਹੀਂ ਖੋਲ੍ਹੇ ਅਤੇ ਚੋਰ ਜਾਂਦੇ ਹੋਏ ਉਹਨਾਂ ਦਾ ਸਾਇਰਨ ਵੀ ਲਾ ਕੇ ਲੈ ਗਏ। ਇਸ ਸੰਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ। ਕਾਲਾ ਸੰਘਿਆ ਤੋਂ ਪੱਤਰਕਾਰ ਮਨਜੀਤ ਮਾਨ ਦੀ ਵਿਸ਼ੇਸ਼ ਰਿਪੋਰਟ। ਹਾਂਜੀ ਸਰ, ਅੱਜ ਪਿੰਡ ਉੱਗੀ 'ਚ ਚੋਰੀ ਜਿਹੜੀ ਹੋਈ ਹੈ ਆਪਣੇ ਲਕਸ਼ਮੀ ਜੂਲਰ 'ਤੇ, ਕੀ ਕਹਿਣਾ ਚਾਹੋਗੇ ਸਰ? ਚੋਰੀ ਹੋਈ ਹੈ ਭਾਅ ਜੀ ਆਪਣੇ ਇੱਥੇ, ਸਮਾਨ ਸੀਗਾ ਬਾਹਰ ਲੱਗਾ ਹੋਇਆ ਸਾਰਾ, ਚਾਂਦੀ ਦੀ ਆਈਟਮ ਛੋਟੀ ਜੋ ਵੱਡੀ ਜੋ ਚੈਨਾਂ ਚੂਨਾਂ ਸੀਗੀਆਂ, ਥੋੜ੍ਹਾ ਰਿਪੇਅਰ ਦਾ ਸਮਾਨ ਸੀਗਾ। ਰਾਤੀ ਆਏ ਪਿੱਛੇ ਦੀ ਕੰਧ ਪਾੜ ਕੇ ਅਤੇ ਰਾਤ ਅੰਦਰ ਇਹਨਾਂ ਨੇ ਸਾਰਾ ਚੋਰੀ ਸਮਾਨ ਕਰਕੇ ਲੈ ਗਏ। ਇਹ ਤੁਹਾਨੂੰ ਕਿੱਦਾਂ ਪਤਾ ਲੱਗਾ ਚੋਰੀ ਦਾ ਜੀ? ਸਵੇਰੇ 6:30 ਵਜੇ ਪਤਾ ਲੱਗਾ। ਅੱਛਾ, ਕਿੱਦਾਂ ਪਤਾ ਲੱਗਾ? ਸਾਡੇ ਇੱਥੇ ਗੁਆਂਢੀ ਆ, ਉਹਨਾਂ ਨੇ ਦੱਸਿਆ ਸਾਰਿਆਂ ਨੇ ਸਾਨੂੰ ਕਿ ਤੁਹਾਡੇ ਪਿੱਛੇ ਦੀ ਕੰਧ ਪਾੜੀ ਹੋਈ ਆ, ਰਹਿੰਦੇ ਉੱਥੇ ਬੰਦੇ, ਤਾਂ ਉਹਨਾਂ ਨੇ ਦੱਸਿਆ ਸਵੇਰੇ ਸਾਨੂੰ, ਫਿਰ ਪਤਾ ਲੱਗਾ। ਸਵੇਰੇ ਆ ਕੇ ਫਿਰ ਦਰਵਾਜ਼ਾ ਖੋਲ੍ਹਿਆ, ਅੰਦਰ ਦੇਖਿਆ ਸਮਾਨ ਸਾਰਾ ਖਿਲਰਿਆ ਪਿਆ, ਅੰਦਰ ਜਿੰਨੇ ਬੋਕਸ ਆ ਚੈਨਾਂ ਵਾਲੇ ਚਾਂਦੀ ਦੇ ਜੋ ਵੀ ਆ, ਵਿੱਚ ਉਹ ਸਾਰੀ ਉਹਨਾਂ ਨੇ ਖਾਲੀ ਕੀਤਾ ਅਤੇ ਉਹ ਲੈ ਗਏ। ਉਹ ਵੀਡੀਓ ਦੇ ਵਿੱਚ ਵੀ ਆ ਰਿਹਾ ਵਾ ਸਾਰਾ। ਕਿੰਨਾ ਕੁ ਨੁਕਸਾਨ ਹੋਇਆ ਸੀ? ਨੁਕਸਾਨ ਹੁਣ ਪੂਰਾ ਕਲੀਅਰ ਨਹੀਂ ਹੈਗਾ, ਹੋਊਗਾ 12-13 ਲੱਖ, 14 ਲੱਖ ਦਾ ਬਸ, ਇਸ ਤੋਂ ਜ਼ਿਆਦਾ ਤਾਂ ਮੈਂ ਕਹਿ ਨਹੀਂ ਸਕਦਾ, ਕਿਉਂਕਿ ਬਾਕੀ ਲੋਕਰ ਕੋਈ ਨਹੀਂ। ਹਾਂਜੀ, ਉਹ ਬਾਹਰ ਸੀਗਾ ਅੰਡਰ ਸੇਫ ਤਾਂ ਸਹੀ ਆ ਸਾਰਾ, ਜਿਹੜਾ ਬਾਹਰ ਆ ਉਹੀ ਹੋਇਆ ਸਾਰਾ। ਇਹ ਜਿਹੜੇ ਲੋਕਰ ਉਹ ਸੇਫ ਆ ਜੀ? ਉਹ ਸੇਫ ਆ ਜੀ ਸਰ। ਅਤੇ ਪੁਲਿਸ ਪ੍ਰਸ਼ਾਸਨ ਦੇ ਸੀਨੀਅਰ ਆਫਿਸਰ ਆਏ ਸੀਗੇ, ਉਹਨਾਂ ਨੇ ਕੀ ਤੁਹਾਨੂੰ ਵਿਸ਼ਵਾਸ ਦਿੱਤਾ? ਕਹਿੰਦੇ ਤੁਹਾਨੂੰ ਜਲਦੀ ਗ੍ਰਿਫਤਾਰੀ ਮਿਲੂਗੀ ਉਹਨਾਂ ਬੰਦਿਆਂ ਦੀ ਜਿਹੜੇ ਤੁਹਾਡੀ ਚੋਰੀ ਕਰਕੇ ਗਏ। ਕੋਈ ਕਿਸੇ 'ਤੇ ਸ਼ੱਕ? ਸ਼ੱਕ ਆ ਜੀ ਕੋਈ ਨਹੀਂ। ਪੁਲਿਸ ਪ੍ਰਸ਼ਾਸਨ ਤੋਂ ਕੀ ਆਸ ਕਰਦੇ ਆ? ਦੇਖੇ ਤਾਂ ਗਏ ਆਸ ਆ ਜੀ, ਤੁਹਾਨੂੰ ਜਲਦੀ ਰਿਕਵਰੀ ਮਿਲੂਗੀ, ਤੁਹਾਡਾ ਸਮਾਨ ਬਰਾਮਦ ਹੋਊਗਾ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਅੰਦਰ ਭੇਜਿਆ ਜਾਊਗਾ।